أعوذ بالله من الشيطان الرجيم. بسم الله الرحمن الرحيم. باقی بولدا ہے اللہ دی جو کچھ آسمان وچ تے جو زمین وچ تے اوہی ہے زوراور حکمتاں والا اوہی ہے جن کر دیتا انہاں نوں جڑے بے ایمان ہو گئے کتاب والیاں وچوں انہاں دے گھراں توں حملے تو پہلے ہی تسی نہیں گمان کردے سو جو نکل جان گے تے انہاں جاتا سی پائی انہاں نوں بچا لین گے کلے انہاں دے اللہ دے عذابوں پھر پہنچیا انہاں نوں اللہ جتنوں گمان وی نہیں سن رکھدے تے پا دتی انہاں دے دلاں وچ دہشت اجاڑن لگے اپنے گھروں نوں اپنے ہتھیں تے ایمان والیاں دے ہتھیں بھی سو عبرت حاصل کرو اے اکھیاں والیو تے جد کدے نہ ہوندا لکھیا اللہ نے انہاں اُتے دیش نکالا تاں عذاب کردا انہاں نوں دنیا وچ تے انہاں لئی آخرت وچ عذاب ہے اگ دا اے ہی اس سببوں جے انہاں الٹ کیتا اللہ تے اُہدے پیغمبر دا تے جڑا الٹ کرے اللہ دا تاں اللہ دی مار ضرور سخت ہے جو وڈیا تساں کوئی درخت کھجور دا یا رہن دتو جے او کھلوتا اپنی جڑاں اُتے سو اللہ دے حکم نال نالے تاں جو خوار کرے اللہ بے فرماناں نوں تے جو ہتھ لایا مال اللہ نے اپنے پیغمبر دے انہاں توں سو نہیں سن دوڑائے تساں اُتے گھوڑے تے نہ اونٹ پر اللہ غالب کر دیندا ہے اپنے پیغمبراں نوں جس اُتے چاہے تے اللہ دا ہر کاسے اُتے وس چلدا ہے جو ہتھ لگایا اللہ نے اپنے پیغمبر دے پنڈاں والیاں توں سو اللہ دا ہے تے پیغمبر دا تے ساکے داراں دا تے یتیماں دا تے بھکھیاں دا تے راہی دا تاں نہ آوے لین دین وچ دولت والیاں ہی دے تساں وچوں تے جو دے پیغمبر تہانوں سو او لے لو تے جس تو منع کرے تہانوں رک جاؤ تے بچدے رہو اللہ تو اللہ دی مار ضرور سخت ہے او مال محتاجاں وطن چھڈیاں والیاں لئی جنہاں نوں کڈیا گیا انہاں دے گھراں توں تے انہاں دے مالاں توں ٹونڈدے نے فضل اللہ دا تے رضا مندی تے مدد کردے نے اللہ تے او دے پیغمبر دی اوہی نے سچے تے انہاں لئی بھی جڑے رہندے سن ایمان لیا کے دارالحجرت وچ پہلے انہاں وطن چھڈن والیاں دے پیارا جاندے نے اس نوں جڑا وطن چھڈ آوے انہاں ول تے نہیں آوندا نے اپنے جیاں وچ خیال غرض دا اس چیز ولوں جو ملی انہاں وطن چھڈن والیاں نوں تے اگے رکھدے نے انہاں نوں اپنی جاناں نالوں ਭਾਵੇਂ ਹੋਵੇ ਉਹਨਾਂ ਨੂੰ ਆਪੂ ਲੋੜ ਤੇ ਜਿਸ ਨੂੰ ਬਚਾਇਆ ਗਿਆ ਆਪਣੇ ਜੀ ਦੇ ਲਾਲਚੋਂ ਸੋ ਉਹੀ ਨਿਹਾਲ ਹੋਏ ਨੇ ਤੇ ਉਹਨਾਂ ਲਈ ਵੀ ਇਹ ਜਿਹੜੇ ਆਏ ਉਹਨਾਂ ਦੇ ਪਿੱਛੋਂ ਆਖਦੇ ਨੇ ਸਾਡੇ ਰੱਬਾ ਬਖਸ਼ ਲੈ ਸਾਨੂੰ ਤੇ ਸਾਡੇ ਭਰਾਵਾਂ ਨੂੰ ਜਿਹੜੇ ਅੱਗੇ ਪਹੁੰਚੇ ਸਾਥੋਂ ਈਮਾਨ ਵਿੱਚ ਤੇ ਨਾ ਰੱਖ ਸਾਡੇ ਦਿਲਾਂ ਵਿੱਚ ਵੈਰ ਈਮਾਨ ਵਾਲਿਆਂ ਦਾ ਸਾਡੇ ਰੱਬਾ ਜ਼ਰੂਰ ਤੂੰ ਹੀ ਹੈ ਨਿਹਾਇਤ ਮਿਹਰਬਾਨ ਤਰਸ ਕਰਨ ਵਾਲਾ ਭਲਾ ਤੂੰ ਨਹੀਂ ਵੇਖਿਆ ਜਿਹੜੇ ਮੁਨਾਫਕ ਬਣ ਗਏ ਨੇ ਆਖਦੇ ਨੇ ਆਪਣੇ ਉਹਨਾਂ ਭਰਾਵਾਂ ਨੂੰ ਜਿਹੜੇ ਬੇਈਮਾਨ ਹੋ ਗਏ ਨੇ ਕਿਤਾਬ ਵਾਲਿਆਂ ਵਿੱਚੋਂ ਭਾਈ ਜੇ ਤੁਸੀਂ ਕੱਢੇ ਜਾਓਗੇ ਤਾਂ ਅਸੀਂ ਵੀ ਜ਼ਰੂਰ ਨਿਕਲ ਚੱਲਾਂਗੇ ਤੁਸਾਂ ਨਾਲ ਅਤੇ ਕਦੇ ਨਾ ਆਖੇ ਲੱਗਾਂਗੇ ਤੁਹਾਡੇ ਮੁਕੱਦਮੇ ਵਿੱਚ ਕਿਸੇ ਦੇ ਅਤੇ ਜੇ ਤੁਸਾਂ ਨਾਲ ਲੜਾਈ ਹੋ ਪਏਗੀ ਤਾਂ ਅਸੀਂ ਜ਼ਰੂਰ ਮਦਦ ਕਰਾਂਗੇ ਤੁਹਾਡੀ ਅਤੇ ਅੱਲਾ ਗਵਾਹੀ ਦਿੰਦਾ ਭਾਈ ਉਹ ਜ਼ਰੂਰ ਝੂਠੇ ਨੇ ਜੇ ਉਹ ਕੱਢੇ ਜਾਣਗੇ ਤਾਂ ਇਹਨਾਂ ਨਹੀਂ ਨਿਕਲਣਾ ਉਹਨਾਂ ਨਾਲ ਅਤੇ ਜੇ ਉਹਨਾਂ ਨਾਲ ਲੜਾਈ ਹੋ ਪਏਗੀ ਤਾਂ ਇਹਨਾਂ ਮਦਦ ਨਹੀਂ ਕਰਨੀ ਉਹਨਾਂ ਦੀ ਤੇ ਜੇ ਮਦਦ ਕੀਤੀ ਉਹਨੇ ਉਹਨਾਂ ਦੀ ਤਾਂ ਜ਼ਰੂਰ ਨੱਸਣਗੇ ਪਿੱਠਾਂ ਫੇਰ ਕੇ ਫਿਰ ਮਦਦ ਨਾ ਮਿਲਣੇਗੀ ਤੁਹਾਡਾ ਡਰ ਜ਼ਰੂਰ ਵਧੇਰਾ ਹੈ ਉਹਨਾਂ ਦੇ ਦਿਲਾਂ ਵਿੱਚ ਅੱਲਾ ਨਾਲੋਂ ਇਹ ਹੀ ਇਸ ਸਬਬੋਂ ਜੋ ਉਹ ਜ਼ਰੂਰ ਐਸੇ ਲੋਕ ਨੇ ਜੋ ਨਹੀਂ ਸਮਝਦੇ ਨਾ ਲੜਨਗੇ ਤੁਸਾਂ ਨਾਲ ਇਕੱਠੇ ਹੋ ਕੇ ਪਰ ਬਾਈ ਵਾਲੇ ਪਿੰਡਾਂ ਵਿੱਚ ਜਾਂ ਕੰਧਾਂ ਦੇ ਪਿੱਛੋਂ ਮੁਖਾਲਫਤ ਉਹਨਾਂ ਦੀ ਆਪੇ ਵਿੱਚ ਸਖ਼ਤ ਹੈ ਤੂੰ ਜਾਣਨਾ ਉਹਨਾਂ ਨੂੰ ਇਕੱਠੇ ਪਰ ਦਿਲ ਉਹਨਾਂ ਦੇ ਫਟੇ ਹੋਏ ਨੇ ਇਹ ਹੀ ਇਸ ਸਬਬੋਂ ਜੋ ਉਹ ਜ਼ਰੂਰ ਐਸੇ ਲੋਕ ਨੇ ਜੋ ਅਕਲ ਨਹੀਂ ਕਰਦੇ ਇਹਨਾਂ ਦਾ ਹਾਲ ਉਹਨਾਂ ਵਾਂਗੂ ਜਿਹੜੇ ਗੁਜ਼ਰੇ ਨੇ ਥੋੜ੍ਹਾ ਹੀ ਚਿਰ ਪਹਿਲੇ ਇਹਨਾਂ ਦੇ ਚੱਖਿਓ ਨੇ ਸਦਾ ਆਪਣੇ ਕੰਮ ਦੀ ਤੇ ਉਹਨਾਂ ਨੂੰ ਦੁੱਖ ਦੀ ਮਾਰ ਹੈ ਸ਼ੈਤਾਨ ਦੇ ਹਾਲ ਵਾਂਗੂ ਜਦ ਆਖਿਓ ਸੂ ਆਦਮੀ ਨੂੰ ਬੇਈਮਾਨ ਹੋ ਜਾ ਫਿਰ ਜਦ ਬੇਈਮਾਨ ਹੋ ਗਿਆ ਆਖਣ ਲੱਗਾ ਮੈਂ ਜ਼ਰੂਰ ਅਲੱਗ ਤੈ ਥੋਂ ਮੈਂ ਜ਼ਰੂਰ ਡਰਨਾ ਅੱਲਾ ਤੋਂ ਜੋ ਰੱਬ ਹੈ ਸਾਰੇ ਜੱਗ ਦਾ ਫਿਰ ਔੜਕ ਉਹਨਾਂ ਦੋਵਾਂ ਦਾ ਇਹੋ ਹੋਣਾ ਹੈ ਜੋ ਦੋਵੇਂ ਅੱਗ ਵਿੱਚ ਨੇ ਸਦਾ ਰਹਿਣਗੇ ਉੱਥੇ ਤੇ ਇਹੋ ਹੀ ਸਜ਼ਾ ਜ਼ਾਲਮਾਂ ਦੀ ਐ ਈਮਾਨ ਵਾਲਿਓ ਬਚਦੇ ਰਹੋ ਅੱਲਾ ਤੋਂ ਤੇ ਧਿਆਨ ਕਰਨਾ ਚਾਹੀਦਾ ਹਰ ਕਿਸੇ ਨੂੰ ਕੀ ਅੱਗੇ ਘੱਲਿਆ ਸੂ ਭਲਕ ਲਈ ਤੇ ਬਚਦੇ ਰਹੋ ਅੱਲਾ ਤੋਂ ਅੱਲਾ ਨੂੰ ਜ਼ਰੂਰ ਖਬਰ ਹੈ ਜੋ ਕਰਦੇ ਹੋ ਤੇ ਨਾ ਹੋ ਜਾਓ ਉਹਨਾਂ ਵਾਂਗੂ ਜਿਹਨਾਂ ਭੁਲਾ ਛੱਡਿਆ ਅੱਲਾ ਨੂੰ ਫਿਰ ਭੁਲਾ ਦਿੱਤੇ ਸੂ ਉਹਨਾਂ ਨੂੰ ਜਾਨਾ ਉਹਨਾਂ ਦੀਆਂ ਯਾਨੀ ਦੋਜ਼ਖ ਦੀ ਅੱਗ ਤੋਂ ਬਚਾਉਣ ਦੀ ਫਿਕਰ ਨਾ ਕਰ ਸਕੇ ਉਹ ਹੀ ਨੇ ਪੱਕੇ ਬੇਫਰਮਾਨ ਨਹੀਂ ਬਰਾਬਰ ਨੇ ਦੋਜ਼ਖ ਵਾਲੇ ਤੇ ਜੰਨਤ ਵਾਲੇ ਬਹਿਸ਼ਤ ਵਾਲਿਆਂ ਹੀ ਨੇ ਮੁਰਾਦਾਂ ਪਾਈਆਂ।
ਜੇ ਕਦੇ ਉਤਾਰਦੇ ਅਸੀਂ ਇਹ ਕੁਰਾਨ ਕਿਸੇ ਪਹਾੜ ਉੱਤੇ ਤਾਂ ਤੂੰ ਵੇਖਦੋ ਉਸ ਨੂੰ ਆਜਜ਼ੀ ਕਰਦਾ ਪਾਟ ਜਾਂਦਾ ਖੁਦਾ ਦੇ ਖੌਫ ਨਾਲ ਤੇ ਇਹ ਨੇ ਅਖਾਣ ਜੋ ਅਸੀਂ ਬਿਆਨ ਕਰ ਰਹੇ ਹਾਂ ਲੋਕਾਂ ਵਾਸਤੇ ਸ਼ਾਇਦ ਉਹ ਆਪਣੀ ਆਦਤ ਦੀ ਫਿਕਰ ਕਰਨ ਕੋਈ ਅੱਲਾ ਜਿਸ ਬਿਨ ਕੋਈ ਪੂਜਾ ਦੇ ਲਾਇਕ ਨਹੀਂ ਜਾਣਨੇ ਵਾਲਾ ਗੈਬ ਦਾ ਤੇ ਜ਼ਾਹਿਰ ਦਾ ਉਹੋ ਹੀ ਬੜਾ ਮਿਹਰਬਾਨ ਰਹਿਮ ਵਾਲਾ ਉਹੋ ਹੀ ਅੱਲਾ ਜਿਸ ਬਿਨ ਕੋਈ ਪੂਜਾ ਦੇ ਲਾਇਕ ਨਹੀਂ ਬਾਦਸ਼ਾਹ ਪਾਕ ਦਾਤ ਬੇਐਬ ਅਮਨ ਦੇਣ ਵਾਲਾ ਪਨਾਹ ਦੇਣ ਵਾਲਾ ਜ਼ਬਰਦਸਤ ਧੰਮੇ ਵਾਲਾ ਵਡਿਆਈ ਵਾਲਾ ਬੇਐਬ ਅੱਲਾ ਉਸ ਤੋਂ ਜਿਸ ਨੂੰ ਸ਼ਰੀਕ ਬਣਾਉਂਦੇ ਨੇ ਉਹੋ ਹੀ ਅੱਲਾ ਪੈਦਾ ਕਰਨ ਵਾਲਾ ਨਿਕਾਲ ਖੜਾ ਕਰਨ ਵਾਲਾ ਸ਼ਕਲ ਬਣਾਉਣ ਵਾਲਾ ਉਸੇ ਦੇ ਨੇ ਨਾਮ ਸੋਹਣੇ ਪਾਕੀ ਬੋਲਦਾ ਹੈ ਉਸ ਦੀ ਜੋ ਕੁਝ ਆਸਮਾਨਾਂ ਤੇ ਜ਼ਮੀਨ ਵਿੱਚ ਤੇ ਉਹੀ ਹੈ ਜ਼ਬਰਦਸਤ ਹਿਕਮਤਾਂ ਵਾਲਾ।